ਅਬੂ ਜੀ ਆ ਘਰ ਖੜ ਨਹੀਂ ਹੈ ਉਹ ਘਰ ਕਿੱਥੇ ਬਰਖਦਾਰ ਖੜਨੀ ਹੈ ਫੇਰ ਬਾਹਰ ਰੋਡ ਨਹੀਂ ਉੱਥੇ ਦੇਣੀ ਉਹਨਾਂ ਨੇ ਜਿਹਨੂੰ ਅੱਗੇ ਦਿੱਤੀ ਹੈ ਵਾਪੇ ਲੈ ਜਾਣਗੇ ਭਰ ਕੇ ਕੇ ਬਰਖਦਾਰ ਇੱਥੋਂ ਕੋਈ ਪਾਣ ਕੇ ਲਾ ਕੇ ਚੋਰੀ ਕਰ ਲਈ ਹਾਂ ਵੀ ਕੋਲ ਲੈਂਦੇ ਹਾਂ ਉਹ ਮਰੇ ਲਈ ਮੇਰੇ ਮਾਰਿਆ ਉਹ ਦਲਾਤਾ ਟੀਟਣਾ ਮਾਰ ਕੱਢਿਆ ਉਹ ਮੱਖੀ ਨੇ ਮਜ਼ਾ ਆ ਗਿਆ ਹੈ ਵੇਖਿਓ ਤੁਸੀਂ ਲੰਘਦਾ ਇੱਥੇ ਚਿੱਟਾ ਚਿੱਟਾ ਉਹ ਕੋਠੀ ਦੇ ਨਾਲ ਜਾਣ ਦਿਆ ਜੀ ਮੇਰਾ ਬੈਲ ਐਡਾ ਹੈਵੀ ਕੋਈ ਨੀ ਜਿਹੜਾ ਵਹਾ ਦੇ ਤੁਰ ਗਿਆ ਪਰਾਂ ਇੰਡੀਆ ਦੇ ਜਹਾਜ਼ ਸਾਨੂੰ ਇੱਥੇ ਲੱਭਣ ਦੇ ਜੇ ਦਲੱਤਾ ਪੈ ਗਿਆ ਹੈ ਸਵੇਰੇ ਸਵੇਰੇ ਦਲੱਤਾ ਪੈ ਗਿਆ ਬੜਾ ਪਿਆਰਾ ਮਾਲ ਹੈ ਉਹ ਇੱਥੇ ਪੱਟ ਤੇ ਰੱਖ ਕੇ ਪਰ ਜੋੜ ਵੀ ਨਾ ਪੱਟਾਂ ਦੇ ਥਾਪੀ ਵੱਜਦੀ ਨਾ ਇਹਦਾ ਦਲੱਤਾ ਕੀ ਸਾਨੂੰ ਆਉਂਦਾ ਚਾਵਲ ਦੀ ਫਸਲ ਦੋ ਬੋੜੀਆਂ ਹੋਰ ਵੱਧ ਗਈਆਂ ਹੁਣ ਆ ਰਹਾਈਏ ਉੱਤੇ ਡਰਦਾ ਪਿਆ ਜੀ ਆਮਸ਼ ਚੱਲੂ ਘਰ ਇਹਦੇ ਨਾਲ ਪਹਿਲਾਂ ਕਿ ਕੋਈ ਚੋਰ ਸ਼ੋਰ ਮੁੰਜੀ ਖੜਦਾ ਸਾਡੀ ਇੱਥੋਂ ਪਾਕ ਜਿਹੜੀ ਇੱਕ ਦੋ ਬੋੜੀ ਫੰਡੀ ਆ ਅਸੀਂ ਅਸੀਂ ਆਪੀ ਭਰ ਕੇ ਲਾਈ ਚੱਲੇ ਹਾਂ ਉੱਥੇ ਚਲੋ ਜੀ ਭਾਈ ਦੋ ਬੋਰੀਆਂ ਰੋਜ਼ ਖੋਚ ਕੇ ਲਿਆਉਣਾ ਹਾਂਜੀ ਚੋਰੀ ਨਾਲ ਲਿਆਈਏ ਕੋਈ ਧੱਦ ਪਾ ਕੇ ਲਿਆਉਂਦੇ ਹਾਂ ਮੈਨੂੰ ਤਾਂ ਸ਼ੱਕ ਪੈਂਦਾ ਤੂੰ ਚੋਰੀ ਨਾਲ ਲਿਆ ਕੇ ਆਹੋ ਚੋਰੀ ਦੀਆਂ ਦੋ ਕੱਲ ਛੱਡ ਕੇ ਉਹ ਰੋਲਾ ਨਾ ਨਾ ਪਾਓ ਦੱਸੋ ਨਾ ਕਿ ਇਹਨੂੰ ਨਹੀਂ ਦੱਸਣਾ ਕਿਉਂ ਨਹੀਂ ਜੀ ਦੋ ਕੱਲ ਦੇ ਕੇ ਗਿਆ ਓਏ ਦੀ ਅੱਧੀ ਬੋਰੀ ਵਿੱਚ ਤੁਹਾਡੀ ਨਹੀਂ ਨਹੀਂ ਅਸੀਂ ਨਹੀਂ ਲੈਣੀਆਂ ਸਾਡਾ ਕਾਰੋਬਾਰ ਨਾ ਮੈਂਦਾ ਜਾਂ ਤੇ ਕੋਈ ਹੋਰ ਬੰਨ ਕੇ ਤੇ ਅਸੀਂ ਆਪਣੀਆਂ ਲੈ ਕੇ ਆਏ ਹਾਂ ਕਿ ਚੋਰੀ ਦੀ ਲੈ ਆਏ ਹਾਂ ਇਹ ਵੇਖ ਲਓ ਹਲੋ ਬਾਲਡੀ ਥੱਲੇ ਫਰਜ਼ ਪਿਆ ਔਨਲਾਈਨ ਚਲੋ ਫਿਰ ਜਲਦੀ ਜਲਦੀ ਚਲੀਏ ਘਰ ਕਿਉਂਕਿ ਅੱਜ ਤੇ ਘਰ ਯਮ ਯਮ ਓਏ ਇੱਥੇ ਅਰਮਾਨ ਵੀ ਆ ਗਿਆ ਸਲਾਮ ਵਾਲੇ ਉਹ ਕਿਤੇ ਲੁਕਣੇ ਸਲਾਮ ਤੇ ਲੈ ਤੇਰੀ ਟੀਂਡੀ ਬਾਬਾ ਹੋਣੀ ਹੈ ਵਾਲੇਕੁਮ ਸਲਾਮ ਕਿਹਦੀ ਤੇਰੀ ਹੋਣੀ ਹੈ ਤੇਰੀ ਹੋਣੀ ਹੈ ਅਸਲਾਮ ਵਾਲੇਕੁਮ ਮੈਂ ਵਾ ਜਮੀਰ ਹਮਦਾ ਸਿੱਧੂ ਟਾਈਮ ਤਕਰੀਬਨ 12:45 ਵਜਦਾ ਹੋ ਗਿਆ ਤੇ ਅੱਜ ਅਸੀਂ ਪਕਾਉਣ ਲੱਗੇ ਹਾਂ ਦੇਗ ਚੌਲ ਰੱਜ ਲੱਗਣਾ ਪੂਰਾ ਤੁਸੀਂ ਵੀ ਆਇਓ ਜਲਦੀ 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 ਬਾਈ ਗੱਡੀ ਕੱਢ ਜਲਦੀ ਜਲਦੀ ਜਿਹੜਾ ਸਮਾਨ ਲਿਆਉਣਾ ਪਰਚੀ 'ਚ ਲਿਖ ਲਿਆ ਨਾਲ ਪੈਸੇ ਲੈ ਲੈਣ ਦੇਗ ਤਾਂ ਸੁਬਾਹ ਦੀ ਹੋਈ ਲੈਣ ਦੀ ਸੀ ਅਤੇ ਜੇ ਨਾ ਕੜਛੇ ਕੁੜਛੇ ਅਤੇ ਟਿੰਡ ਵੀ ਆ ਗਈ ਹੈ ਇਹਦਾ ਮਤਲਬ ਦੇਗ ਪਕਾਉਣ ਵਾਲਾ ਵੀ ਜੇ ਨਾ ਆ ਗਿਆ ਲੈਟਸ ਗੋ ਅਤੇ ਜਲਦੀ ਜਲਦੀ ਸਮਾਨ ਲਿਆਈਏ ਅਤੇ ਦੇਗ ਪਕਾਈਏ ਅਤੇ ਫਿਰ ਖਾਈਏ ਅਤੇ ਤੁਹਾਨੂੰ ਵੀ ਖਵਾਈਏ You want to help? Not his problem. ਆਇਆ ਫਿਰ ਆਇਆ ਪੈਟਰੋਲ ਪੰਪ ਨੇ ਰਹੀ ਹੈ ਵਾਗੀ ਜੇਣਾ ਮੈਂ ਪਹੁੰਚ ਗਿਆ ਵਾਂ ਅਸਲਾਮ ਵਾਲੇਕੁਮ ਕੀ ਰੇਟ ਜੇ ਜੀ ਕਿਲੋ ਇਹ ਘਰੇ ਹਾਂ ਸੌਦਾ ਲਾਈ ਅੱਗੋਂ ਸਭ ਤੋਂ ਪਹਿਲਾਂ ਜੇ ਨਾ ਦੋਸਤ ਨੂੰ ਕਹਿ ਦਿੱਤਾ ਅਸਲਾਮ ਵਾਲੇਕੁਮ ਪਿਆਜ਼ ਕਰੇ 2 ਕਿਲੋ ਟਮਾਟਰ ਸਬਜ਼ ਮਿਰਚ 1/2 ਕਿਲੋ ਮਿਕਸ ਕਰ ਦਿਓ ਸਬਜ਼ੀ ਵਾਲੀ ਦੁਕਾਨ ਨੂੰ ਜਿਹੜਾ ਫਿਰ ਉਹ ਮਸਾਲੇ ਮਸੂਲੇ ਟਮਾਟਰ ਟਮੂਟਰ ਹਰੀਆਂ ਮਿਰਚਾਂ ਵਗੈਰਾ ਜਿਹਾ ਇੱਥੋਂ ਲੈ ਲੈਂਦੇ ਹਾਂ ਇਹ ਕਿਹੜਾ ਪਿਆਜ਼ ਹੈ ਨਵਾਂ ਆ ਡੜਾ ਮੋਟਾ ਅੱਛਾ ਜੀ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਐਡਾ ਪਿਆਜ਼ ਵੇਖਿਆ ਜੀ ਕਿਤੇ ਬਾਹਰ ਦੇ ਮੁਲਕੋਂ ਆਇਆ ਇਰਾਨ 'ਚੋਂ ਆਇਆ ਵਾਹ ਇਹ ਤਿੰਨਾਂ ਚੀਜ਼ਾਂ ਜੀ ਨਾ 500 ਰੁਪਈਆ ਹੋ ਗਿਆ ਸਟੋਪ ਸਟੋਪ ਹੇਅਰ ਅਸਲਾਮ ਵਾਲੇਕੁਮ 12 ਕਿਲੋ ਚੌਲ ਦੇਗ ਵਾਸਤੇ
ਚਾਵਲ ਜਿਹੜੇ ਸਾਡੇ ਘਰ ਵੀ ਹੈ ਹਨ ਪਰ ਹੁਣ ਆ ਕਹਿੰਦੇ ਥੋੜੇ ਦੇਗ ਵਾਸਤੇ ਨਹੀਂ ਹੈ ਮਤਲਬ ਆਪਣੇ ਖਾਣ ਵਾਸਤੇ ਹੈ ਨਾ ਥੋੜੇ ਪਕਾਉਣ ਵਾਸਤੇ ਦੇਗ ਪਕਾਉਣ ਵਾਸਤੇ ਫਿਰ ਇੱਥੋਂ ਲੈ ਕੇ ਜਾਣ ਲੱਗੇ ਹਾਂ ਹਾਂ ਮੈਂ ਜਿਹੜਾ ਗੱਡੀ ਸਿੱਧੀ ਕਰਕੇ ਲਾਉਣ ਡਿਆ ਜੀ ਚੌਲ ਕਿੰਨੇ ਦਾ ਜੀ 3000 ਦੇ ਚਾਰ ਹਜ਼ਾਰ 320 ਰੁਪਈਏ ਦੀਆਂ ਦੋ ਚੀਜ਼ਾਂ ਲਈਆਂ ਚਾਵਲ ਅਤੇ ਬੋਤਲਾਂ ਜੀਓ ਜਵਾਨਾ ਗੋਸ਼ਤ ਵੀ ਜੇ ਨਾ ਲੈ ਲਿਆ 420 ਰੁਪਏ ਕਿਲੋ ਗੋਸ਼ਤ ਮੁਰਗੀ ਦਾ ਚੱਲ ਬਈ ਜਵਾਨਾ ਜਾਣ ਦੇ ਅਸਲਾਮ ਵਾਲੇਕੁਮ ਓਪਨ ਦੀ ਡੋਰ ਚਲੋ ਜੀ ਸਮਾਨ ਲੈ ਕੇ ਘਰ ਪਹੁੰਚ ਗਏ ਹਾਂ ਤੈਨੂੰ ਕਹਿਣਾ ਹੁੰਦਾ ਆਂਦਾ ਵੱਡੀ ਗੱਡੀ ਤੇ ਬਹਿ ਗਿਆ ਆ ਮਾਮਾ ਦੇ ਨਾਲ ਇਹਨੂੰ ਪਤਾ ਨੀ ਕਿਹਨੇ ਸਾਥ ਲਿਆ ਓ ਸ਼ੇਰ ਜਵਾਨ ਗੱਭਰੂ ਜਵਾਨ ਡਿੱਗ ਪਿਆ ਉਠੋ 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 ਕੱਪੜੇ ਗੰਦੇ ਕੱਢ ਲੈ ਜਵਾਨ ਉਹ ਕੀ ਪਿਆ ਵੇਖਿਆ ਹੀ ਆਉਣਾ ਚੁੱਪ ਕਰਾਉਣ ਦਾ ਤਰੀਕਾ ਨੀ ਕਿਉਂ ਸਾਨੂੰ ਵੀ ਹਾਂਜੀ ਚੁੱਪ ਕਰਾਉਣ ਜੀ ਰੋਣ ਲੱਗਦੇ ਨੇ ਨਾਲ ਹੀ ਕਿਸੇ ਹੋਰ ਚੀਜ਼ ਵੱਲ ਧਿਆਨ ਕਰਦੇ ਚੁੱਪ ਕਰਕੇ ਵੇਖਣ ਲੱਗ ਪੈਂਦੇ ਪਤਾ ਨੀ ਕਿਹੜੀ ਸ਼ੈ ਆ ਗਈ ਇਹ ਚੱਕ ਕਰੋ ਫਿਰ ਉੱਥੇ ਪੰਗੇ ਲੈ ਆਉਂਦੇ ਜੇ ਤੁਡੀ ਗਿਆ ਫਿਰ ਉੱਥੇ ਪੰਗੇ ਲੈ ਆਉਂਦੇ ਆ ਚੱਕ ਕਰੋ ਇੱਕ ਗੰਢਾ ਕਟਿਆ ਤੇ ਢੇਡ ਲੱਗ ਗਿਆ ਇਹ ਆਂਦੇ ਨੇ ਰਾਂਚ ਚੋਂ ਆਇਆ ਕਮੈਂਟ ਵਿੱਚ ਦੱਸਿਆ ਭਲਾ ਇਹ ਪਿਆਜ਼ ਇੰਡੀਆ ਚੋਂ ਆਉਣ ਡਿਆ ਕਿ ਰਾਂਚ ਚੋਂ ਆਉਂਦਾ ਪਿਆ ਭਲਾ ਦੇਖ ਰਹਾ ਕੇ ਯਾਰ ਚੈੱਕ ਕਰ ਲੈਣੇ ਸਹੀ ਬਣਿਆ ਕਿ ਨਹੀਂ ਮੈਂ ਜਿਹੜਾ ਚੁੱਲ੍ਹਾ ਬਣਾਇਆ ਆਮੀ ਛੂਨ ਜਿਹਾ ਅੱਗ ਲਾਉਣ ਲੱਗਾ ਜੀ ਸਿਗਰਟ ਪੀਣ ਲੱਗਾ ਕੋਈ ਸ਼ਰਮ ਕਰ ਕੋਈ ਖਿਆਲ ਕਰ ਕੋਈ ਹਜ਼ਾਰ ਨੂੰ ਹੱਥ ਮਾਰ ਦੇਖ ਪਕਾਉਣ ਲੱਗੇ ਮੈਨੂੰ ਪਤਾ ਤੂੰ ਦੇਖ ਦੇ ਚੌਲ ਤੇ ਖਾਂਦਾ ਕੋਈ ਨੀ ਮੈਂ ਸਿਆਲਕੋਟ ਚੱਲਾਂ ਪਹੁੰਚ ਆਈ ਫਿਰ ਮੈਂ ਦੇ ਜਾਂ ਹਾਂ ਮੇਰੇ ਕੋਲ ਵੱਧ ਲਿਆ ਕਰੋ ਮੈਂ ਦੁਕਾਨ ਚ ਥੋੜਾ ਕਿ ਨਮਕ ਘੱਟ ਸੀ ਤੇ ਉਹ ਲੈਣ ਆਇਆ ਤੁਸੀਂ ਕਿੱਦਲ ਤੂੰ ਮੈਨੂੰ ਟਾਫੀਆਂ ਨਹੀਂ ਦਿੱਤੀਆਂ ਕੱਲ ਮੈਂ ਤੁਹਾਨੂੰ ਚੌਲ ਨਹੀਂ ਖਵਾਉਣੇ ਨਹੀਂ ਦਿੱਤੀਆਂ ਤੂੰ ਮੈਂ ਤੁਹਾਨੂੰ ਚੌਲ ਨਹੀਂ ਖਵਾਉਣੇ ਅੱਜ ਆਓ ਹਾਂ ਯਮ ਪੱਕਦੀ ਫਿਰ ਆ ਜਿਓ ਹੈਗੀ ਜੀ ਹਾਈਏ ਜੀ ਇਹਨੇ ਮੈਂ ਨਹਾ ਕੇ ਕੱਪੜੇ ਵੀ ਚੇਂਜ ਕਰਨੇ ਨੇ ਬੀਬਾ ਬੱਚਾ ਬਣਨਾ ਹੈ ਦੇਖਦੇ ਕੋਲ ਖਲੋਣਾ ਵੀ ਬਾਈ ਬਹਾਦਰੀ ਵਾਲਾ ਕੰਮ ਹੈ ਓਏ ਹੋ ਇਹ ਕਿੱਥੋਂ ਸੂਟ ਪਾ ਲਿਆ ਜੀ ਓਏ ਲੰਡਾ ਹੈ ਅੱਛਾ ਲੰਡੇ ਦਾ ਮਾਲ ਆਫ ਲੰਡਾ ਚੋਂ ਕਿਹਨੇ ਦਿੱਤਾ ਹੀ ਲਿਆ ਮੇਰੀ ਸਲਾਹ ਹੈ ਕਿ ਜਿਹੜਾ ਸਾਰਾ ਕੰਮ ਇੱਥੋਂ ਮੁਕਾ ਕੇ ਦੇਖ ਉੱਤੇ ਦਮ ਲੱਗੇਗੀ ਤੇ ਫਿਰ ਜਲਦੀ ਜਲਦੀ ਮੈਂ ਨਹਾ ਲਾਂਗਾ ਚੋਗਲਾ ਭੁੱਖ ਲੱਗ ਗਈ ਆ ਬਸ ਕਰੋ ਇੱਥੇ ਹੀ ਜਾਣਿਆਂ ਦੇ ਕੰਮ ਜਾ ਕਰੋ ਪਹਿਲਾਂ ਹੀ ਇਕੱਠੇ ਹੋ ਗਏ ਦੇਖ ਜਿਹਾ ਨਾ ਦਮ ਜੇ ਲਾ ਦਿੱਤੀ ਹੈ ਹੁਣ ਹੋਰ ਕੋਈ ਕੰਮ ਤੇ ਨਹੀਂ ਆ ਬਸ ਹੁਣ ਜੇ ਨਾ ਪਲੇਟਾਂ ਤੇ ਗਲਾਸ ਲੈਣ ਚੱਲਿਆ ਜਿਹਦੇ ਵਿੱਚ ਪਾਣੀ ਪਿਆਉਣਾ ਫਿੱਟ ਫਾਟ ਜਨਾਬ ਆਪ ਸੁਣਾਏ ਹਮਕੋ 100 ਪਲੇਟੇ ਔਰ 20 ਗਲਾਸ ਦੇ ਜਾਏ ਪਲੇਟ 100 ਤੇ ਗਲਾਸ 20 ਹਾਂਜੀ
ਗਲਾਸ ਘਰ ਵੀ ਹੈ ਨੇ ਹਾਂਜੀ ਟੈਂਟ ਸਰਵਿਸ ਵਾਲੀ ਦੁਕਾਨੇ ਇੱਥੇ ਆਏ ਹਾਂ ਇੱਥੋਂ ਦੀਆਂ ਪਲੇਟਾਂ ਅਤੇ ਗਲਾਸ ਲੈ ਕੇ ਜਾਂਦੇ ਹਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਚੌਲ ਚਾ ਕਰੋ ਯਮ ਯਮ ਲੱਗਣ ਡੇ ਨੇ ਹਾਏ 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 ਗੱਲ ਕਰ ਦੇ ਖੁਸ਼ਬੂ ਹਾਏ ਹਾਏ ਚਾਵਲ ਜੀ ਰੈਡੀ ਹੋ ਗਏ ਨੇ ਹੈਲੋ ਬਹਿਣੇ ਕਿ ਹੋਰ ਪੱਕੀ ਗੱਲ ਖੁਸ਼ ਹੋ ਨਹੀਂ ਤੁਸੀਂ ਖੁਸ਼ ਹੋਣਾ ਚਾਹੀਦਾ ਅਸੀਂ ਤਾਂ ਖੁਸ਼ ਹਾਂ ਦੇਗ ਜੇ ਨਾ ਬੱਚੀ ਖਾਣੇ 'ਚ ਲੈਂਦੀ ਹੈ ਅੱਜ ਦੇਗ ਪਕਾਉਣੀ ਹੈ ਅਤੇ ਚਾਚੇ ਪੇਂਡੂ ਦੀ ਬੜੀ ਯਾਦ ਆਉਂਦੀ ਪਈ ਹੈ ਚਾਚਾ ਪੇਂਡੂ ਕੋਲ ਆ ਕੇ ਬਹਿ ਜਾਂਦਾ ਸੀ ਦੇਗ ਪੱਕਦੀ ਰੈਡੀ ਹੁੰਦੀ ਸੀ ਖਾ ਕੇ ਰੱਜ ਲਾ ਕੇ ਫਿਰ ਬੱਕਰੀਆਂ ਖੜਦਾ ਸੀ ਪਰ ਚਾਚਾ ਪੇਂਡੂ ਅਸੀਂ ਕੱਲਿਆਂ ਰੱਜ ਲਾ ਲਾਂਗੇ ਅੱਜ ਕੱਪੜੇ ਜੇ ਨਾ ਮੈਂ ਕੱਢ ਲਿਆਂਦੇ ਨੇ ਅੱਜ ਜੇ ਨਾ ਮਾਸ਼ਾਅੱਲਾ ਜੁਮਾ ਤੋਂ ਮੁਬਾਰਕ ਵੀ ਮੇਰੇ ਲਈ ਸਭ ਨੂੰ ਜੁਮਾ ਮੁਬਾਰਕ ਜੁਮੇ ਤੋਂ ਬਾਅਦ ਜੇ ਨਾ ਫਿਰ ਮੈਂ ਫਿਰ ਸ਼ੁਰੂ ਹੋਣੀ ਹੈ ਫਿਲਹਾਲ ਤਾਂ ਕੱਪੜੇ ਚੇਂਜ ਕਰਨਾ ਮੈਂ ਜਲਦੀ ਜਲਦੀ ਨਹਾ ਕੇ ਜੇ ਨਾ ਕੱਪੜੇ ਕਰ ਲੈਣੇ ਚੇਂਜ ਮੈਂ ਤਾਂ ਬੀਬਾ ਬੱਚਾ ਬਣ ਗਿਆ ਇਹ ਵੀ ਬਾਬਾ ਚਾਹ ਬਣ ਗਿਆ ਤੇ ਚੱਲੀਏ ਪਹਿਲਾਂ ਸਭ ਤੋਂ ਜੁਮਾ ਪੜ੍ਹ ਕੇ ਆਉਂਦੇ ਹਾਂ ਨਮਾਜ਼ ਜੁਮਾ ਜੇ ਨਾ ਅਦਾ ਕਰਕੇ ਆ ਗਿਆ ਹੁਣ ਜਲਦੀ ਜਲਦੀ ਚੱਲੀਏ ਘਰ ਚੂਹੇ ਛਾਲਾਂ ਮਾਰ ਮਾਰ ਕੇ ਆਉਂਦੇ ਨੇ ਪੇ ਬਾਹਰ ਹੁਣ ਜਲਦੀ ਜਲਦੀ ਚੱਲੀਏ ਘਰ ਚਾਵਲ ਪੱਕ ਕੇ ਨੇ ਤਿਆਰ ਬਸ ਹੁਣ ਖਾਣ ਨੂੰ ਅਸੀਂ ਹੋਣਾ ਤਿਆਰ ਹਾਂ ਜਵਾਨਾ ਤੈਨੂੰ ਖਵਾਈਏ ਚੌਲ ਛੋਲ ਆ ਗਿਆ ਹੁਣ ਮੇਰਾ ਯਾਰ ਤੇ ਚੌਲ ਖਾਣ ਨੂੰ ਵੀ ਤਿਆਰ ਜਾਣੇ ਚੈੱਕ ਕਰੋ ਜੁਮਾ ਪੜ੍ਹ ਕੇ ਆਏ ਪੱਕੀ ਗੱਲ ਨੇ ਫਿਰ ਠੀਕ ਉਹ ਯਾਰ ਰਾਣਾ ਕਾਲੀ ਸਾਹਿਬ ਰਾਣਾ ਸਾਹਿਬ ਇਕੱਠੇ ਆ ਗਏ ਹੋ ਰਾਣਾ ਸਾਹਿਬ ਕੀ ਹਾਲ ਫਿਟ ਫਾਟ ਆਇਓ ਰਾਣਾ ਸਾਹਿਬ ਤੁਹਾਡਾ ਰੱਜ ਲਵਾਈਏ ਭਾਈ ਰੋ ਆਈਆ ਸੇਵਾ ਹੋਣ ਲੱਗੀ ਆਈਆ ਆਇਓ ਆਇਓ ਚਲੋ ਆਇਓ ਰਾਣਾ ਸਾਹਿਬ ਬਾਬਾ ਜੀ ਬਾਬਾ ਤੈਨੂੰ ਕਿਹਨੇ ਸਾਥ ਲਿਆ ਮੈਂ ਤਾਂ ਨਹੀਂ ਕੀਤੀ ਤੂੰ ਚੁੱਕੀ ਨਹੀਂ ਚਲੋ ਜੀ ਫਿਰ ਖਤਮ ਪੜੀਏ يا مقلب القلوب ثبت قلبي على دينك صلى الله تعالى على رسول خلق الدين محمد وعلى آله وصحبه اجمعين چاول جی ہے نا پلیٹاں جی پا لے نا سمجھ لے بھائی جو گئے ਮੂੰਹ ਰਾਣਾ ਸਾਹਿਬ ਮੂੰਹ 'ਚ ਬੁੜਕੀ ਆ ਕੀ ਪਾਣੀ ਦਿਓ ਰਾਣਾ ਸਾਹਿਬ ਨੂੰ ਅੱਛਾ ਫਿਰ ਠੀਕ ਆਮੀ ਜੀ ਮੈਨੂੰ ਚੌਲ ਪਾ ਕੇ ਦੇਣ ਦਿਆ ਇਹ ਜਵਾਨ ਉਦੋਂ ਆਉਂਦੇ ਜੀ ਕੋਈ ਨਾ ਕੋਈ ਕੰਮ ਨਾ ਕੋਈ ਕਾਰਡ ਅਤੇ ਖਾਣ ਪੀਣ ਨੂੰ ਤਿਆਰ ਹੁਣ ਆਰਾਮ ਨਾਲ ਬਹਿ ਖਾਣ ਕੇ ਤਸੱਲੀ ਨਾਲ ਦਿਲ ਖੁਸ਼ ਕਰਕੇ ਜਾਣਗੇ ਛਾਪੜ ਬਣ ਜੇ ਤੇ ਛਾਪੜ ਵੀ ਬਾਹਰ ਸੁੱਟੇ ਮੈਂ ਪਾੜ ਗਿਆ
ਇਹਦੇ ਛਾਪਰ ਹੀ ਬੜਾ ਛੋੜਦੀ ਤੇ ਮੈਂ ਫੜ ਕੇ ਛਾਪਰ ਪਾਉਂਦੀ ਹੈ ਇਹ ਤੇ ਆਖਿਆ ਪਰ ਛਾਪਰ ਚੋਲ ਖਵਾ ਉਹਨੇ ਤੇ ਛਾਪਰ ਪਾਉਂਦੀ ਹੈ ਉਹਨੇ ਪਹਿਲਾਂ ਤੈਨੂੰ ਕਿਹਾ ਰਿਹਾ ਮੈਂ ਜੋ ਹੀ ਚਾਹ ਲਗਾ ਹੁਣ ਛੇਤੀ ਚਲੋ ਜੀ ਮੈਂ ਹੀ ਫਿਰ ਸ਼ੁਰੂ ਕਰਾਂ ਬਿਸ ਬਿਸਮਿਲ੍ਲਾਹਿਰਰਹਿਮਾਨ ਆਮੇ ਬੱਕਰੀਆਂ ਵੀ ਲੈ ਜਾਏ ਜਲਦੀ ਖਾਓ ਤੀਸਰੀ ਪਲੇਟ ਤੇ ਬਿਸਮਿਲ੍ਲਾਹ ਪੜ ਲੈ ਕਿਉਂ ਤੀਰੇ ਤੂੰ ਕਹਿੰਦਾ ਤੈਨੂੰ ਬੱਕਰੀਆਂ ਨਹੀਂ ਖਾਣੀ ਮੈਂ ਛੇਤੀ ਖਾ ਫਿਰ ਹੁਣ ਛੇਤੀ ਖਾਣਾ ਆਮੇ ਤੂੰ ਨਹੀਂ ਬੱਕਰੀਆਂ ਖਾਣੀ ਜਲਦੀ ਖਾ ਆਹੋ ਤਾਂ ਅੱਧੇ ਖਾਣ ਲੱਗ ਹਾਂ ਪਲੇਟ ਜੀ ਹੈ ਨਾ ਖਾਲੀ ਕਰ ਦਿੱਤੀ ਆ ਮੈਂ ਇਹਨੂੰ ਵੇਖੋ ਬੱਕਰੀਆਂ ਖਾਣ ਦਾ ਇੰਨਾ ਚਾਅ ਹੈ ਵੇਖੋ ਹੁਣ ਲੈ ਕੇ ਚਲਾ ਜੇ ਮੈਂ ਜਸਟ 2 ਮਿੰਟ ਖੜਾ ਲਗਾ ਆਪ ਹੀ ਤਾਂ ਹੀ ਲਾ ਲਿਆ ਰਾਜ ਕੰਮ ਸਮਝ ਆਉਣਾ ਖਤਮ ਹੋ ਗਿਆ ਹੁਣ ਸਭ ਤੋਂ ਪਹਿਲਾਂ ਮੈਂ ਕਰਨਾ ਕੱਪੜੇ ਚੇਂਜ ਹੁਣ ਜੇ ਆਉਣਾ ਖੜੀਏ ਬੱਕਰੀਆਂ ਅੱਜ ਲੇਟ ਹੋ ਗਏ ਹਾਂ ਪਰ ਮੈਂ ਓਨੀ ਵੀ ਲੇਟ ਲਿਆਵਾਂਗਾ ਇਹਨਾਂ ਨੂੰ ਫੁੱਲ ਜਾ ਕੇ ਚਲੋ 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 ਮੇਰੀ ਬੱਕਰੀਓ ਮੈਂ ਚਲੋ ਚਲੋ ਮੇਰੀ ਬੱਕਰੀਓ ਮੈਂ ਚਲੋ ਮੇਰੀ ਬੱਕਰੀਓ ਮੈਂ ਚਲ ਮੇਰੇ ਬੱਕਰਿਆ ਤੂੰ ਹੀ ਮੈਂ ਮੋਟਰ ਬੰਦ ਕਰਨਾ ਹੈ ਅੱਛਾ ਮੋਟਰ ਬੰਦ ਕੇ ਪੱਠੇ ਵੀ ਪਾਣੀ ਬੁਆਣਾ ਧਾਰ ਵੀ ਗਰਾਂ ਸਾਰੇ ਕੰਮ ਕਰਨੇ ਨੇ ਹਾਂ ਬੱਕਰੀਆਂ ਅੱਜ ਮੈਂ ਪਿੰਡ ਦੇ ਨੇੜੇ ਚਾਰਨ ਡਿਆ ਵਾਂ ਅੱਜ ਦਾ ਖੂਬਸੂਰਤ ਸਨਸੈਟ ਹੋ ਗਿਆ ਬੱਕਰੀਆਂ ਲਿਆ ਕੇ ਬੰਨ ਦਿੱਤੀਆਂ ਨੇ ਫਿਲਹਾਲ ਫਿਰ ਜਿਹਾ ਚਲੇ ਲਈ ਕਰਨਾ ਕੱਪੜੇ ਚੇਂਜ ਡਿਨਰ ਅਤੇ ਫਿਰ ਦੁਪਹਿਰਾਂ ਦਾ ਲੋਡੇ ਵੇਲੇ ਦਾ ਖਾਣਾ ਵਾ ਵੀ ਖਾ ਲਿਆ ਡਿਨਰ ਤਾਂ ਹੋਣਾ ਕੋਈ ਨਹੀਂ ਨਾ ਹੀ ਲੱਭਣਾ ਅਤੇ ਸੋਵਾਂਗੇ ਫਿਰ ਇਨਸ਼ਾਲਾ ਫਿਲਹਾਲ ਤਾਂ ਫਿਰ ਅੱਜ ਦਾ ਵਲੋਗ ਕਰਨੇ ਇੱਥੇ ਐਂਡ ਮਿਲਾਂਗੇ ਇਨਸ਼ਾਲਾ ਸੁਬਹ ਨੈਕਸਟ ਵਲੋਗ 'ਚ ਮੈਨੂੰ ਦੋ ਇਜਾਜ਼ਤ ਫਕੀਰਾਂ ਨਾਲ ਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਅੱਲਾਹ ਹਾਫਿਜ਼